अस्सलाम वालेकुम नाज़रीन, मैं तुहाडा मेज़बान आर के रज़ाक ते तुसीं वेख रहे हो अपना रंग टीवी। प्यारे वेखण वालेओ, अज असीं मौजूद हाँ लाहौर की एक बहुत ही खूबसूरत और प्यारी जी पार्क दे विच, जिदा नाम बटरफ्लाई और पंजाबी दे विच तुसीं इहनूं तितली पार्क भी कह सकते हो। तो इत्थे आण दा जिहड़ा अज दा साडा मतलब है, असीं तुहानूं विखावांगे इस पार्क की खूबसूरती। लाहौर दीआं सारीआं जगह पार्कां और सारे मकामात वेखण वाले ने। मैनूं कितें पहाड़ां विच लई जांदा, यकीन नहीं करना, तो उत्थे पहाड़ां जाई बैठा सा जिहड़ा पंज पत्थर उत्ते बांदर बैठा हुंदा। अच्छा नाजरीन, इत्थों हिसाब ला लवो, जिड्डा कोई हैगा ना, इहनूं इक पत्थर भी पहाड़ ही लगदा पिछे हो कैमरे तो मेरे अगे ना हो वो कैमरा बिल दा वेख्या ही। तो नाजरीन, अज दी साडी वीडियो तुसीं वेखनी है और वीडियो तो कमेंट लाजमी करना तुसीं, ठीक है। तो अज असीं वाहने तुहानूं तितली पार्क दी खूबसूरती वेख लो। इत्थे फैमलियां हुंदियां ने, इत्थे लोग आंदे ने अपनियां फैमलियां दे नाल, बहिंदे ने, मौसम इंजॉय करदे ने, ठीक है। इहनूं वेखो किन्नी जल्दी जी अगे अगे जाण दी। साडे नाल कुछ दोस्त मौजूद ने, शिफ्ट अंचार्य साहब भी साडे नाल मौजूद ने और दोस्त भी मौजूद ने। उन्हां कोलों जानन की कोशिश करने कि यह इन्नी खूबसूरती जिनी इस पार्क दे विच होई है, पौद्यां ते डिजाइनिंग होई है, घाह फुल बूटे और एडा खूबसूरत है पुल, ए उत्ते किन्नी मेहनत आई और ए बाकी भी मालूमात असीं उन्हां दी ज़बानी जानन की कोशिश करने हैं। अस्सलाम वालेकुम जी। वालेकुम सलाम जनाब, की नाम है तुहाडा? मेरा नाम है आसम अमानत। आसम अमानत बड़ा प्यारा नाँ है। तो आसम साहब, तुसी इस टाइम इत्थे शिफ्ट अंचारा जो सिक्योरिटी शिफ्ट, पहली गल तो कि पौधे जिहड़े ने बीज सानू मिलते हैं, ये बीज तो बाद असीं उन्हूं तैयार करते हैं नर्सरी दे विच, उस तो बाद थोड़ा इन्ना पौधा बनता उन्हूं फिर असीं इत्थे शिफ्ट करने। ये मौसम के हिसाब नाल फुल होंदे ने। ਇਹ ਹੁਣ ਇਸ ਟਾਈਮ ਹੈਗਾ ਫੋਟੋ ਇਲਾਕਾ, ਇਹ ਇਹਦਾ ਫੋਟੋ ਇਲਾਕਾ ਦਾ ਮੌਸਮ ਆ। ਅੱਛਾ, ਇਹਦਾ ਨਾਂ ਫੋਟੋ ਇਲਾਕਾ, ਅੰਗਰੇਜ਼ੀ 'ਚ ਇਹਨੂੰ ਫੋਟੋ ਇਲਾਕਾ, ਅਸੀਂ ਪੰਜਾਬੀ 'ਚ ਪਿੰਡਾਂ ਦੇ ਲੋਕ ਇਹਨੂੰ ਦੁਪਹਿਰ ਬੂਟੀ ਵੀ ਆਖਦੇ ਆ। ਅੱਛਾ, ਗੁੱਲ ਦੁਪਹਿਰੀ ਵੀ ਇਹਨੂੰ ਕਿਹਾ ਜਾਂਦਾ, ਮੈਨੂੰ ਯਾਦ ਆ ਗਿਆ। ਹਾਂਜੀ, ਇਹਨੂੰ ਦੁਪਹਿਰ ਬੂਟੀ ਵੀ ਆਖਿਆ ਜਾਂਦਾ, ਦੁਪਹਿਰ ਦੇ ਟਾਈਮ ਫੁੱਲ ਜਦੋਂ ਧੁੱਪ ਨਿਕਲਦੀ ਉਦੋਂ ਦਿੰਦੀ ਹੈ। ਬਾਕੀ ਇਹਦਾ ਨਾਮ ਹੈਗਾ ਟੀ ਟੌਕ ਵੋਕਵੇ। ਇਹਦਾ ਬੇਸਿਕਲੀ ਮਕਸਦ ਹੈਗਾ ਸੀ ਬਣਾਉਣ ਦਾ ਕਿ ਇਹਦੇ ਉੱਤੇ ਮਤਲਬ ਵਾਮ ਚੜ੍ਹ ਕੇ ਅਤੇ ਪੂਰੀ ਪਾਰਕ ਦਾ ਨਜ਼ਾਰਾ ਇੱਕ ਜਗ੍ਹਾ ਤੋਂ ਦੇਖ ਲਿਆ। ਇਹਦੇ ਉੱਤੇ ਤੁਸੀਂ ਚੜੋਗੇ ਇਹਦਾ ਫਿਰ ਤੁਹਾਨੂੰ ਸੜਕਾਂ ਦਾ ਪਾਰਕ ਦਾ ਡਿਜ਼ਾਇਨ ਨਜ਼ਰ ਆਏਗਾ ਪੂਰਾ, ਅਤੇ ਉਸ ਤਰ੍ਹਾਂ ਲੋਕ ਇਹਦੇ 'ਤੇ ਵਾਕ ਵੀ ਕਰਦੇ ਨੇ ਆਣ ਕੇ ਖੂਬਸੂਰਤੀ ਦੇ ਲਿਹਾਜ਼ ਨਾਲ। ਇਸ ਤੋਂ ਇਲਾਵਾ ਟਨਲ ਹੈਗੀ ਪਿੱਛੇ, ਬਟਰਫਲਾਈ ਵਗੈਰਾ ਸਾਡੇ ਮਤਲਬ ਫਿਲਹਾਲ ਬੰਦ ਆ, ਅਤੇ ਉਹ ਹੈਗਾ ਵਾ, ਉਹ ਖੁੱਲ੍ਹ ਜਾਏਗਾ ਇਨਸ਼ਾਅੱਲਾ ਥੋੜ੍ਹੇ ਦਿਨਾਂ ਤੱਕ। ਸਭ ਤੋਂ ਜ਼ਿਆਦਾ ਸਾਡੀ ਬੇਸਿਕਲੀ ਪਾਰਕ ਦੀ ਬਟਰਫਲਾਈ ਰੌਣਕ ਹੈ। ਸੋ ਪਿਆਰੇ ਦੋਸਤੋ, ਇਹ ਪਾਰਕ ਤੁਹਾਨੂੰ ਵਿਖਾਉਣ ਵਾਸਤੇ ਅਸੀਂ ਇੰਨਾ ਸਫ਼ਰ ਕੀਤਾ, ਅਤੇ ਅਸੀਂ ਹੁਣ ਜਿਹੜਾ ਪੁਲ ਦੇ ਉੱਤੇ ਆ ਗਏ ਹਾਂ, ਇੱਕ ਸਟੈਪ ਰਹਿ ਗਿਆ, ਅਤੇ ਭਾਈ ਚਲੀਏ। ਕੀ ਬਦਤਮੀਜ਼ੀ ਹੈ ਭਾਈ, ਆ ਗਿਆ ਪਹਿਲੇ ਹੀ, ਬੜਾ ਥੱਕ ਗਿਆ, ਤੂੰ ਇੱਧਰ ਕੀ ਵੇਖੀ ਜਾ ਰਿਹਾ। ਮੇਰਾ ਤਾਂ ਦਿਲ ਕਰਦਾ ਮੈਂ ਅੱਛਾ ਖੁਦਕੁਸ਼ੀ ਕਰ ਦਵਾਂ ਫੜ ਕੇ ਮੈਂ। ਉਹ ਭਾਈ ਉਹ ਛਾਲ ਨਾ ਮਾਰ, ਮੈਂ ਆਪ ਤੈਨੂੰ ਧੱਕਾ ਮਾਰਾਂਗਾ ਇੱਧਰ। ਅੱਛਾ ਜੀ, ਸਾਨੂੰ ਅੱਜ ਮਲਕ ਡਮਡਮ ਨੇ ਜੁਆਇਨ ਕੀਤਾ ਪ੍ਰੋਗਰਾਮ ਦੇ ਵਿੱਚ। ਇਹ ਤੁਹਾਨੂੰ ਤਾਂ ਹਸਾ ਰਹੇ ਨੇ, ਇੰਟਰਟੇਨ ਕਰ ਰਹੇ, ਲੇਕਿਨ ਯਕੀਨ ਕਰੋ ਮੈਨੂੰ ਉਹ ਫੁੱਲ ਬੋਰ ਕਰ ਰਹੇ ਹੁੰਦੇ ਨੇ, ਅਤੇ ਮੇਰਾ ਦਿਲ ਕਰਦਾ ਕਿ ਕਿਤੇ ਟਾਈਮ ਕੱਢ ਕੇ ਇਹਨੂੰ ਮੈਂ ਚਪੇੜਾ ਮਾਰਾਂ, ਲੇਕਿਨ ਕੀ ਕਰਾਂ, ਖਾਂਦਾ ਹੀ ਨਹੀਂ, ਇਹਦਾ ਮੂੰਹ ਹੀ ਐਡਾ ਵੱਡਾ, ਚਪੇੜ ਲੈਂਦੀ ਨਹੀਂ। ਹੱਸ ਰਹੇ ਹੋ, ਰੋ ਰਹੇ ਹੋ, ਹੱਸ ਰਹੇ ਹੋ ਕਿ ਰੋ ਰਹੇ ਹੋ, ਮੈਨੂੰ ਤਾਂ ਦੱਸ ਦਿਓ, ਕਨਫਰਮ ਕਰ ਦਿਓ। ਮੈਂ ਰੋਣ ਪਤਾ ਕਿਉਂ ਦਿਆਂ ਵਾ, ਕਿ ਮੈਨੂੰ ਸ਼ਿਫਟ ਨਹੀਂ ਮਿਲਣੀ। ਸ਼ਿਫਟ ਅੱਜ ਜਿੰਨੀ ਗਰਮੀ ਹੈ ਮਲਕ ਸਾਹਿਬ, ਅੱਜ ਸਾਨੂੰ ਵੀ ਕੱਖ ਨਹੀਂ ਮਿਲਣਾ, ਸਾਨੂੰ ਵੀ ਚੈਨਲ ਵੱਲੋਂ ਜਵਾਬ ਮਿਲੇ ਨਾ ਮਿਲੇ। ਉਹ ਭਾਈ ਮੇਰਾ ਤਾਂ ਕੋਈ ਸੋਚੋ ਨਾ। ਨਹੀਂ, ਐਵੇਂ ਮੇਰੀ ਗੱਲ ਸੁਣ, ਆ ਜਿੰਨੇ ਸਾਨੂੰ ਵੇਖਣ ਵਾਲੇ ਨੇ ਸਾਡੇ ਪਿਆਰੇ ਦੋਸਤ, ਪਿਆਰੇ ਨਾਜ਼ਰੀਨ, ਸਾਡੀਆਂ ਮਾਵਾਂ ਭੈਣਾਂ ਦੋਸਤ ਬਜ਼ੁਰਗ, ਇਹ ਮੈਨੂੰ ਵੀ ਵੇਖ ਰਹੇ ਨੇ ਅਤੇ ਮਜਬੂਰੀ ਨਾਲ ਤੈਨੂੰ ਵੀ ਵੇਖ ਰਹੇ ਨੇ, ਠੀਕ ਹੈ। ਅਸੀਂ ਇਹਨਾਂ ਅੱਲਾ ਨੇ ਹੁਸਨ ਹੀ ਬੜਾ ਦਿੱਤਾ। ਹਾਂਜੀ, ਅੱਲਾ ਨੇ ਹੁਸਨ ਹੀ ਬੜਾ ਦਿੱਤਾ, ਅਤੇ ਖੋ ਵੀ ਛੇਤੀ ਲਿਆ। ਇਹ ਜਿੰਨੇ ਲੋਕ ਸਾਨੂੰ ਵੇਖ ਰਹੇ ਨੇ ਸਾਨੂੰ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਅਤੇ ਇਹ ਲੋਕਾਂ ਨੂੰ ਅਸੀਂ ਵਿਖਾ ਰਹੇ ਹਾਂ ਪਾਰਕ ਦੀ ਖੂਬਸੂਰਤੀ, ਔਰ ਅਸੀਂ ਲੋਕਾਂ ਨੂੰ ਵਿਖਾ ਰਹੇ ਹਾਂ ਆਪਣੇ ਪਾਕਿਸਤਾਨ ਦੀ ਖੂਬਸੂਰਤੀ, ਕਿ ਸਾਡੇ ਨਾਲ ਜਿੰਨੀ ਮਿਹਨਤ ਸਾਡੇ ਕੈਮਰਾਮੈਨ ਕਰ ਰਹੇ ਹੁੰਦੇ ਨੇ। ਇਸ ਟਾਈਮ ਆਬਦ ਸਾਹਿਬ, ਆਬਦ ਖਾਨ, ਉਹ ਸਾਡਾ ਦੋਸਤ, ਸਾਡਾ ਛੋਟਾ ਭਰਾ ਹੈ, ਕੈਮਰਾਮੈਨ ਹੀ ਕਰ ਰਿਹਾ ਤੁਹਾਡੇ ਵਾਸਤੇ। ਵੇਖ ਲਓ ਕਿ ਸਭ ਤੋਂ ਵੱਡਾ ਜਿਹੜਾ ਮੈਂ ਰਿਕਸ ਲਿਆ ਕਿ ਮੈਂ ਇਸ ਬੰਦੇ ਨੂੰ ਨਾਲ ਰੱਖ ਲਿਆ,
ਤੁਹਾਨੂੰ ਐਂਟਰਟੇਨ ਕਰਨ ਵਾਸਤੇ ਲੇਕਿਨ ਮੈਨੂੰ ਇਹਨੇ ਕਿਤੇ ਵੀ ਅਟੈਕ ਕਰਵਾ ਦੇਣਾ ਆਹ ਵੇਖ ਸ਼ੁਕਰ ਕਰ ਮੇਰੀ ਭੈਣ ਇੱਥੇ ਫਿਰਦੇ ਆ ਉਹ ਤੈਨੂੰ ਵੀ ਕਿਸੇ ਪੁੱਲ ਚੜ੍ਹਨ ਨਹੀਂ ਸੀ ਦੇਣਾ ਇਹ ਤਾਂ ਮੈਂ ਇਸ਼ਾਰਾ ਕੀਤਾ ਤੂੰ 40,000 ਤੇਰੇ ਪਿੱਛੇ ਆਉਂਦੇ ਅਸੀਂ ਮੈਂ ਕਿਹਾ ਭਾਜੀ ਛੇਤੀ ਆ ਜਾਣਾ ਤੂੰ ਇੱਥੇ ਦੀ ਸਫਾਈ ਕਰਨਾ ਮੈਂ ਸਫਾਈ ਕਰਨਾ ਮਾਸ਼ਾ ਤੂੰ ਕੂੜਾ ਚੁੱਕਣ ਵਾਲਾ ਤੈਨੂੰ ਬੜਾ ਪਤਾ ਮੈਂ ਸਫਾਈ ਕਰਨਾ ਇੱਥੇ ਕੂੜਾ ਚੁੱਕਣ ਵਾਲਾ ਹੁੰਦਾ ਤਾਂ ਮੈਂ ਤੈਨੂੰ ਕਦੋਂ ਦਾ ਨਾ ਚੁੱਕ ਦਿੰਦਾ ਪੁੱਠੀਆਂ ਗੱਲਾਂ ਨਹੀਂ ਕਰਨੀਆਂ ਮੇਰੇ ਨਾਲ ਸਿੱਧੀਆਂ ਮੈਨੂੰ ਮਲਿਕ ਸਾਹਿਬ ਆਉਂਦੀਆਂ ਵੀ ਨਹੀਂ ਡਮਡਮ ਸਾਹਿਬ ਕੈਮਰੇ ਵਾਲੇ ਦੀ ਬੜੀ ਤਾਰੀਫ ਕਰਨਦੇ ਆ ਕਿ ਮਾਫ ਕਰ ਦੇਵੇ ਉਹਦੀ ਤਾਰੀਫ ਤਾਂ ਕਰੇ ਕਰੇਗਾ ਹੀ ਨਹੀਂ ਤੇ ਤੈਨੂੰ ਤਾਂ ਵੀ ਮੈਂ ਦਵਾਵਾਂ ਦੇ ਰਿਹਾ ਉਹ ਜਿੰਨੀ ਤੂੰ ਰੋਟੀ ਖਾਣਾ ਤੈਨੂੰ ਅੰਦਾਜ਼ਾ ਹੈ ਕਿ ਤੂੰ ਰੋਟੀ ਕਿੰਨੀ ਖਾਣਾ ਤੂੰ ਇੱਕ ਟਾਈਮ ਦੀ ਰੋਟੀ ਖਾਵੇਂ ਨਾ 1,000 ਦੀ ਤੇ ਤੇਰੀ ਹੁੰਦੀ ਹੈ ਰੋਟੀ ਕਿਉਂਕਿ ਤੂੰ 19 ਤੋਂ 20 ਰੋਟੀਆਂ ਤੋਂ ਘੱਟ ਤੂੰ ਇੱਕ ਟਾਈਮ ਦੀ ਰੋਟੀ ਨਹੀਂ ਖਾਂਦਾ 3 ਟਾਈਮ ਦੀ ਤੈਨੂੰ ਰੋਟੀ ਖਵਾਣਾ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਭੁੱਖ ਨਹੀਂ ਲੱਗਦੀ ਸਵੇਰ 6-7 ਗਲਾਸ ਲੱਸੀ ਦੇ ਪੀ ਲਈਦੇ ਨੇ ਅੱਛਾ ਕੋਈ 10-12 ਰੋਟੀਆਂ ਖਾ ਲੈਂਦੀਆਂ ਜੇ ਕੋਈ ਪਤਾ ਇਸ਼ਾਰਾ ਕਰ ਦੇਵੇ ਕਿ ਬਰਿਆਨੀ ਸ਼ਰਾਨੀ ਤੇ 1-2 ਪਰਾਤਾ ਉਹ ਖਾ ਲਈਦੀਆਂ ਭੁੱਖ ਤੇ ਮੈਨੂੰ ਜ਼ਰਾ ਜ ਨਹੀਂ ਲੱਗਦੀ ਨਹੀਂ ਤੇਰੀ ਖਿਆ ਜੇ ਤੈਨੂੰ ਭੁੱਖ ਨਹੀਂ ਲੱਗਦੀ ਨਾਜ਼ਰੀਨ ਉਮੀਦ ਕਰਨੇ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬੜਾ ਚੰਗਾ ਲੱਗਿਆ ਹੋਏਗਾ ਅਗਰ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਅੱਛੀ ਲੱਗੇ ਤੇ ਸਾਡਾ ਉਹ ਚੈਨਲ ਆਪਣਾ ਰੰਗ ਟੀਵੀ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਤੇ ਕਮੈਂਟ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਸਾਨੂੰ ਕਮੈਂਟ ਦੇ ਵਿੱਚ ਆਪਣੇ ਸ਼ਹਿਰ ਦਾ ਨਾਂ ਔਰ ਆਪਣਾ ਨਾਂ ਸਾਨੂੰ ਜਿਹੜਾ ਲਿਖ ਕੇ ਭੇਜੋ ਤਾਂ ਕਿ ਨੈਕਸਟ ਪ੍ਰੋਗਰਾਮ ਤੇ ਅਸੀਂ ਤੁਹਾਡਾ ਖਸੂਸੀ ਦੋਸਤਾਂ ਦੇ ਵਿੱਚ ਆਪਣੇ ਵੇਖਣ ਵਾਲਿਆਂ ਨਾਲ ਜ਼ਿਕਰ ਕਰ ਸਕੀਏ ਤੇ ਇਨਸ਼ਾਅੱਲਾ ਮਿਲਨੇ ਆ ਤੁਹਾਨੂੰ ਕਿਸੇ ਨੈਕਸਟ ਪ੍ਰੋਗਰਾਮ 'ਚ ਅੱਛੀ ਲੋਕੇਸ਼ਨ ਤੇ ਅੱਛੇ ਲੋਕਾਂ ਨਾਲ ਗੁਫ਼ਤਗੂ ਕਰਦੇ ਹੋਇਆ ਤਦ ਤੱਕ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼ ਓਏ ਆਇਆ ਉਹ ਕੀ ਬਾਤ ਮੇਦੀ ਹੈ ਬਟਨ ਹੀ ਟੁੱਟ ਗਈ ਬਟਨ ਤੋੜਤਾ ਕਰੇ